ਵਾਹਿ ਗੁਰੂ ਸਾਹਿਬ ਜੀ ਜਿਨ੍ਹਾਂ ਦਸੰਦੜਿਆ ਦੁਰਮਤ ਵੰਜਾ ਮਿੱਤਰ ਸਾਡੜੇ ਸੇਈ ਹਉ ਤੋੜੇਂਦੀ ਜਗ ਸਵਾਇਆ ਜਨ ਨਾਨਕ ਵਿਰਲੇ ਕੇ। ਆਪਣੇ ਪਰਮ ਅਜ਼ੀਜ਼ ਜਿਹਦੇ ਨਾਲ ਜਿੰਨੇ ਅਸੀਂ ਤੁਸੀਂ ਹੁਣ ਤੱਕ ਬੈਠੇ ਹੋ, ਕਿਉਂਕਿ ਬਹੁਤੇ ਤੇ ਫਿਰ ਅਰਦਾਸ ਤੱਕ ਆਊਟਲੈਟ ਹੋ ਹੀ ਗਏ ਨੇ, ਜਿੰਨੇ ਕੋ ਬੈਠੇ ਹੋ ਦਿਲ ਦੀਆਂ ਕੋਈ ਨਾ ਕੋਈ ਉਸ ਸ਼ਖਸੀਅਤ ਦੇ ਨਾਲ ਪਿਆਰ ਦੀਆਂ ਤਰਵਾਂ ਨੇ ਜਿਹਨਾਂ ਕਰਕੇ ਜੁੜੇ ਬੈਠੇ ਹੋ। ਕੁਛ ਸ਼ਬਦਾਂ ਦੀ ਸਾਂਝ ਪਾ ਸਕਾਂ। ਆਦੋ ਸਤਿ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਗੱਲ ਵੀਰ ਸਿੰਘ ਦੇ ਅੱਗੇ ਲੱਗੇ ਗਿਆਨੀ ਸ਼ਬਦ ਦੀ ਕਰਾਂਗਾ। ਵੀਰ ਸਿੰਘ ਨਾਂ ਮਾਂ ਦੀ ਗੋਦ ਚੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਦਾਸ ਵਿੱਚੋਂ ਮਿਲਿਆ ਹੋਇਆ ਇੱਕ ਬਾਡੀ ਦਾ ਅਬਸਟ੍ਰੈਕਟਲ ਨੇਮ ਸੀ, ਜਿਵੇਂ ਸਾਡਾ ਤੁਹਾਡਾ ਸ਼ਬਦ ਹੈ। ਅਸੀਂ ਸਾਰੇ ਵਿਰਲੇ ਵਿਰਲੇ ਹਾਂ, ਕਿਉਂਕਿ ਆਪਣੇ ਆਪਣੇ ਸੁੱਖ ਲਈ ਸਾਰੇ ਜੂਝਦੇ ਹਾਂ। ਸਤਿਕਾਰਯੋਗ ਦਾਸ ਦੇ ਵਿਦਿਆ ਦਾਤੇ ਗਿਆਨੀ ਇੰਦਰਜੀਤ ਸਿੰਘ ਜੀ ਤੁਹਾਡੇ ਨਾਲ ਵਚਨ ਸਾਂਝਿਆਂ ਕਰਦੇ ਇਸ ਗੱਲ 'ਤੇ ਬਹੁਤ ਜ਼ੋਰ ਦੇ ਕੇ ਗਏ ਸਨ, ਉਸੇ ਨੂੰ ਅੱਗੇ ਕੰਟੀਨਿਊ ਕਰਨ ਦਾ ਯਤਨ ਕਰਾਂਗਾ। ਜਦੋਂ ਤਖੱਲਸ ਮਿਲਦਾ ਤਾਂ ਸਭ ਤੋਂ ਪਹਿਲੇ ਉਹਦੇ ਲਈ ਆਪਣੇ ਅੰਦਰ ਇੱਕ ਜਜ਼ਬਾਤ ਪੈਦਾ ਹੁੰਦਾ, ਜਿਸ ਨੂੰ ਅਸੀਂ ਕਹਿੰਦੇ ਹਾਂ ਫਰਟਾਈਲ ਸੋਇਲ, ਯੋਗ ਧਰਤੀ, ਯੋਗ ਮੇਧਾ, ਯੋਗ ਬੁੱਧੀ। ਫਿਰ ਉਹਦੇ ਵਿੱਚ ਕੁਝ ਹਾਸਲ ਕਰਨ ਦੀ ਭਾਵਨਾ ਬਣਦੀ ਹੈ, ਗ੍ਰਹਿਣ ਕਰਨ ਦੀ ਭਾਵਨਾ, ਜਿਹਨੂੰ ਕਹਿੰਦੇ ਹਾਂ ਅਸੈਪਟੇਬਿਲਟੀ। ਉਹਦੇ ਵਿੱਚ ਆ ਕੇ ਜਦੋਂ ਅਸੀਂ ਮਿਹਨਤ ਕਰਦੇ ਹਾਂ, ਫਿਰ ਉਸ ਮਿਹਨਤ ਦੇ ਵਿੱਚੋਂ ਕੁਝ ਅੰਦਰ ਧਾਰਨ ਹੁੰਦਾ ਹੈ, ਜਿਸ ਨੂੰ ਕਹਿੰਦੇ ਆ ਡਿਜ਼ਰਵੇਬਿਲਟੀ। ਤਾਂ ਮੈਂ ਸਮਝਣਾ ਇੱਕ ਬਹੁਤ ਵੱਡਾ ਸਾਡੇ ਤੁਹਾਡੇ ਸਾਹਮਣੇ ਸਵਾਲ ਖੜਾ ਹੈ। ਜਿਸ ਸ਼ਖਸੀਅਤ ਨੂੰ ਤੁਸੀਂ ਗਿਆਨੀ ਵੀਰ ਸਿੰਘ ਮਧੋਕੇ ਕਹਿੰਦੇ ਹੋ, ਖਾਸ ਕਰਕੇ ਮਧੋਕੇ ਪਿੰਡ ਵਾਲੇ, ਉਹਦੇ ਨਾਲ ਅਸੀਂ ਤੁਸੀਂ ਸਾਰੇ ਜੁੜ ਗਏ, ਕਿਤੇ ਨਾ ਕਿਤੇ ਇੱਕ ਕਾਰਨ ਬਣਿਆ ਦਾਸ ਜਿਵੇਂ ਬੋਪਾ ਰਾਏ, ਸਤਿਕਾਰਯੋਗ ਸੰਤ ਨਿਰੰਜਨ ਸਿੰਘ ਜੀ ਵੈਦ ਜੀ, ਸਤਿਕਾਰਯੋਗ ਸੰਤ ਗਿਆਨੀ ਭੁਪਿੰਦਰ ਸਿੰਘ ਜੀ, ਸਤਿਕਾਰਯੋਗ ਸੰਤ ਗਿਆਨੀ ਕਿਰਪਾਲ ਸਿੰਘ ਜੀ, ਮਹਾਂਪੁਰਖਾਂ ਨੇ ਦੋ ਬੁੱਕਸ ਲਿਖੀਆਂ ਨੇ, ਇੱਕ ਸੁੱਚੇ ਮੋਤੀ, ਦੂਜਾ ਸ਼ਬਦ ਗੁਰੂ। ਤਾਂ ਇੱਕ ਇੱਕ ਮੋਤੀ ਇਲੈਕਟ ਕਰਨ ਵਾਸਤੇ ਤੁਹਾਨੂੰ ਕਿੱਥੇ ਕਿੱਥੇ ਜਾ ਕੇ ਸਿਲੈਕਸ਼ਨ 'ਤੇ ਧਿਆਨ ਦੇਣਾ ਹੁੰਦਾ। ਇੱਕ ਪਾਸੇ ਮੋਤੀ ਦਾ ਮੁੱਲ ਸੰਸਾਰ ਦੀ ਕਚਹਿਰੀ ਦੇ ਵਿੱਚ ਹੈ, ਦੂਜੇ ਪਾਸੇ ਮੋਤੀ ਦਾ ਮੁੱਲ ਤੁਹਾਡੀ ਬੁੱਧੀ ਦੀ ਕਚਹਿਰੀ ਵਿੱਚ ਹੈ। ਜਦੋਂ ਗੱਲ ਤੁਹਾਡੀ ਬੁੱਧੀ ਦੀ ਆਉਂਦੀ ਹੈ, ਅੰਤਹਕਰਨ ਦੀ ਆਉਂਦੀ ਹੈ, ਕੀ ਕਹੋਗੇ ਦਿਮਾਗ ਕਿਹਦਾ ਨਾਂ ਹੈ, ਮਨ ਕਿਹਦਾ ਨਾਂ ਹੈ, ਅਕਲ ਕਿਹਦਾ ਨਾਂ ਹੈ, ਸੁਰਤ ਕਿਹਦਾ ਨਾਂ ਹੈ, ਫਿਰ ਅੱਗੇ ਸਮਝ ਆਏਗੀ ਕਿ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਸੋ ਮੈਨੀ ਲਾਈਨਸ ਨੇ। ਪਲੱਸ ਟੂ ਵੇਲੇ ਤੁਹਾਡਾ ਬ੍ਰੇਨ ਗ੍ਰੈਜੂਅਲ ਹੋ ਜਾਂਦਾ ਹੈ ਕਿ ਤੁਸੀਂ ਕਿਸ ਲਾਈਨ 'ਚ ਜਾਣਾ, ਉਸ ਤੋਂ ਬਾਅਦ ਤੁਹਾਡੀ ਮਾਸਟਰੀ ਹੈ। ਜੇ ਸੰਸਾਰ ਦੀਆਂ ਸੁਪ੍ਰਸਿੱਧ ਹਰ ਡਿਗਰੀਜ਼ ਨੂੰ ਤੁਸੀਂ ਬਿਲੋਂਗ ਕਰਦੇ ਹੋ ਮੇਰੇ ਦੋਸਤੋ, ਫਿਰ ਇੱਕ ਗੱਲ ਦੱਸੋ, ਇਸ ਡਿਗਰੀ ਨੂੰ ਕਿਉਂ ਨਹੀਂ ਬਿਲੋਂਗ ਕਰ ਰਹੇ? ਇਸ ਡਿਗਰੀ ਦੇ ਲਈ ਕਮੇਟੀ ਦੇ 5 ਮੈਂਬਰ ਨੇ, ਜਾਂ 4 ਨੇ, ਜਾਂ 3 ਨੇ, ਜਾਂ 2 ਹੈ, ਜਾਂ 1 ਹੈ। ਤਾਂ 1 ਦੀ ਅੱਜ ਡਾਕਟੋਰੇਟ ਹੀ ਕਿਉਂ ਲੈਣ ਦੀ ਲੋੜ ਪੈ ਰਹੀ ਹੈ? ਲੋਕਤੰਤਰਕ ਢਾਂਚੇ ਦੇ ਅੰਦਰ ਵੀ ਚੱਲਦਿਆਂ ਹੋਇਆਂ ਤਾਂ ਗੌਰ ਕਰਨੀ ਪਏਗੀ ਕਿ ਜੇ ਗਿਆਨੀ ਇੰਦਰਜੀਤ ਸਿੰਘ ਜੀ ਕਹਿ ਰਹੇ ਸਨ, ਗਿਆਨੀ ਵੀਰ ਸਿੰਘ ਜੀ ਮਧੋਕੇ ਵਾਲਿਆਂ ਦੀ ਸਾਦਗੀ ਹਰ ਸ਼ੈ ਨੂੰ ਵਿਆਖਿਆ ਸਾਹਿਤ ਕਹਿ ਰਹੇ ਹੋ, ਤੇ ਜਿਹੜੇ ਵਰਤਮਾਨ ਵਿੱਚ ਸਨ, ਜਿਹੜੇ ਇੱਥੇ ਪੜ੍ਹੇ ਨੇ, ਕਿਉਂਕਿ ਮੈਨੂੰ ਵੀ ਪੜ੍ਹਨ ਦਾ ਮੌਕਾ ਮਿਲਿਆ, ਅਰਦਾਲ ਵਿਚਰਨ ਦਾ ਮੌਕਾ ਮਿਲਿਆ, ਮੈਂ ਇਤਿਹਾਸ ਬਹੁਤ ਘੱਟ ਬੋਲਣ ਦਾ ਯਤਨ ਕਰਦਾ ਹੁੰਦਾ, ਤਾਂ ਕਿ ਅੱਜ ਅਸੀਂ ਆਪਣੇ ਆਪ ਨੂੰ ਸਕੈਟਰਾਈਜ਼ਡ ਕਹਿ ਰਹੇ ਹਾਂ ਕਿ ਬੜੇ ਅਨੈਲਿਸਿਸ ਕਰਨ ਦੇ ਯੋਗ ਆ। ਦੁਖਾਂਤ ਉਦੋਂ ਹੁੰਦਾ ਕਿ ਜਦੋਂ ਆਪਣੇ ਵਿੱਚੋਂ ਇੱਕ ਨੂੰ ਚੁਣ ਨਹੀਂ ਸਕਦੇ। ਕਿਤੇ ਨਾ ਕਿਤੇ ਸਾਨੂੰ ਸਮਝਣਾ ਹੋਏਗਾ ਕਿ ਆਖਰ ਕੀ ਸਾਡੇ 'ਚ ਇਹ ਘਾਟ ਆ ਗਈ ਹੈ ਕਿ ਸ਼ਬਦ ਗੁਰੂ ਦਾ ਇੱਕ ਇੱਕ ਸ਼ਬਦ ਇੱਕ ਇੱਕ ਜ਼ੁਬਾਨ ਰਾਹੀਂ ਫਲੋ ਹੁੰਦਾ। ਜਿੰਨੇ ਬੱਤੇ ਬੋਲੇ, ਜਿਨ੍ਹਾਂ ਦਾ ਵੀ ਮਹਾਂਪੁਰਖਾਂ ਨਾਲ ਪਿਆਰ ਸੀ, ਸਭ ਨੇ ਆਪਣੇ ਪਿਆਰ ਦਾ ਇਜ਼ਹਾਰ ਆਪਣੇ ਆਪਣੇ ਅਲਫਾਜ਼ਾਂ ਰਾਹੀਂ ਕੀਤਾ, ਇਹ ਜ਼ੁਬਾਨ ਵੀ ਕਰ ਰਹੀ ਹੈ। ਤਾਂ ਅਸੀਂ ਜਦੋਂ ਗੁਰੂ ਪੰਥ ਬਣਦੇ ਹਾਂ, ਜਦੋਂ ਗੁਰੂ ਪੰਥ ਬਣ ਕੇ ਸਰਬੱਤ ਦੇ ਭਲੇ ਵੱਲ ਨੂੰ ਜਾਂਦੇ ਹਾਂ, ਤਾਂ ਉੱਥੇ ਆ ਕੇ ਸਾਨੂੰ ਇੱਕ ਸੱਚ ਨਜ਼ਰ ਆਏਗਾ। ਜਿਵੇਂ ਸਤਿਕਾਰਯੋਗ ਗਿਆਨੀ ਇੰਦਰਜੀਤ ਸਿੰਘ ਜੀ ਨੇ ਸੰਸਥਾਵਾਂ ਦੀ, ਇੰਸਟੀਟਿਊਸ਼ਨਸ ਦੀ ਗੱਲ ਕੀਤੀ, ਕਿਉਂਕਿ ਕਮੇਟੀ ਵੀ ਇੱਕ ਇੰਸਟੀਟਿਊਸ਼ਨ ਹੈ, ਇਹ ਸਾਡਾ ਪਾਰਟ ਹੈ। ਉਦਾਸੀ ਸੰਪਰਦਾਇ ਇੰਸਟੀਟਿਊਸ਼ਨ ਹੈ, ਨਿਰਮਲ ਸੰਪਰਦਾਇ ਇੰਸਟੀਟਿਊਸ਼ਨ ਹੈ, ਗ੍ਰਸਤ ਆਸ਼ਰਮ ਇੱਕ ਇੰਸਟੀਟਿਊਸ਼ਨ ਹੈ। ਤਾਂ ਅੱਜ ਕੀ ਕਾਰਨ ਹੋ ਗਿਆ
कि असी अपने शब्द गुरु नू जदों सुरत विच्चों लैके चलना है, सुच्चे मोतियां वांग कलैक्शन करनी है और उस कलैक्शन दे विच्चों फिर सिलैक्शन वल नू चलना है। अज एक गायब क्यों हुंदा जा रहा है? मैनू उदासी संतां विच पढ़न दा मौका मिलिया, निर्मलियां च भी मैं पढ़िया, उदासी महापुरखां को पढ़न गए असी पंज सिंघ सां। मैं नाम नहीं लवांगा उन्हां चों, इक वीर सी क्योंकि वह साढ़े इधरले सिस्टम चों पढ़ के गया सी, मैं पहलां तो थोड़ा खुला विचरण वाला सी। हुण उत्थे की है? मन्नी राम जी, दाल राम जी, राम रस जी, साडे की हुंदा? दाला वाहिगुरु जी, प्रशादा वाहिगुरु जी। हुण जदों राम ते वाहिगुरु घसणे शुरू हो जांदे ने, इत्थे आके असी एक ऐसी दराड़ खड़ी कर देने आ जिथे आके ज्ञानी वीर सिंह जी तुहाडी कमेटी नाल भी एक सुर सन, SGPC नाल भी एक सुर सन, हर पासे एक सुरता सी। फिर अज एक सुरता क्यों नहीं लभदी? क्यों गायब हो रही है? तां जदों इहनूं वेखण आए सच जाणिओ, अपने अपने घर दे विच वेखिओ, जपजी साहिब दा पाठ चल रहा है, अपने अपने पुत्तर धीआं नूं वेखिओ जिहड़े 14 साल ते टीम ते आउंदे ने, पहलां जिहड़े हर रोज़ विश करदे ने, जो तुसीं कुट दिंदे हो सौ के फिर उठ के तुहाडे नाल तुर पैंदे ने, आखिर की कारण है? 14 साल तो बाद वाकआउट करना शुरू कर दिंदे ने, मल्टीमीडिया दे राहीं पता ही नहीं किधर नूं इंटीग्रेटेड हो जांदे ने। तां किते ना किते गौर करनी पएगी कि जिहड़े त्याग दे असीं अज विचार, ये त्याग दा कल्ला मतलब ये नहीं है भी जी गड्डे 'च नहीं बहिंदे तां बहुत त्याग हो गया, गड्डी 'च बैठिआं भी तुहाडा त्याग चाहीदा। जो कुछ भी उन्होंने अगर पंथ नूं दान कीता है, पंथ अंदर अपनी भावना नूं दान कीता है, क्योंकि पंथ कोलों ये ज्ञान मिलिया। आखिर तुसीं प्यार नाल सुनण वाले ना बैठे होवो, जिवें मैनूं बोलण लई कहा गया ते स्टेज ते थोड़ी गल्लबात चल रही थी, मैं कहा यार डबल किवें कम चलूगा, तुसीं केयर करदे हो, ध्यान देंदे हो, तां मेरा बोलण नूं जी करदा कि गल कीती जाए। जे ये प्यार ना होवे अमेजन करो बोलिया जाएगा, तां इही प्यार फिर घर दे विच क्यों नहीं बोलदा? कि जे एक पुत्र ज्ञानी बन जाएगा तो की गल फर्क पैण लगा, जे एक पुत्र पन दे लेखे लग के दुनिया के भले के लिए अपने आप नूं कंट्रीब्यूट कर देगा तो की हो जाएगा? तो किते ना किते इस सच नूं कबूलना पएगा, क्योंकि ज्ञानी नूं किसे मां नहीं जन्म देना। वीर सिंह बनेगा तो ज्ञानी बनेगा, जो वीर सिंह नहीं जमेगा ज्ञानी कितों उतरेगा? असमानों कुछ नहीं जे उतरदा दोस्तो, क्योंकि मेरे बापू अकाल पुरख ने गुरु नानक दा रूप होके रेत अक आहार कर रोड़ां दी गुर करी बछाई, भारी करी तपस्या वड्डे भाग हरस्यों बने आई निरंकार सी। पर सानू पाठ सिखाया कि जे एहो जे हालात भी आ जाण तां घबराई ना, गड्डी ते चढ़दिआं कोई दिक्कत नहीं, पर किते चापलूसी वेख के डिस्टर्ब ना हो जाए भी इहदे वांगू मेरे कोल भी इन्ना कुछ होवे ते शायद मेरे मगर भी तुरे फिरनगे। यह जिहड़े सच ने, यह जिहड़े हक ने, यह दोनों ही तुहाडे कोल तां आउंदे ने जे जन्म मरन परवान हर गुण गायक है। जदों असानू यह महापुरख का तप स्थान, क्योंकि इत्थे किसे वेले महापुरख ने तप किया, उस दियां प्यार दियां तरवां ने मीरी पीरी दे मालक सतगुरु हरगोबिंद साहिब जी नूं इत्थे लिया के खड़िया कर दिता। अज तुहाडा प्यार इत्थे फिर आके गुरु ग्रंथ साहिब जी की हजूरी विच खड़ा है, तो मैनू नहीं लगता कोई दिक्कत आएगी। पर हाँ एक गल जरूर है कि कोई ना कोई वीर सिंह वर्गा जिहदे अगे ज्ञानी लगता है, तो वह जिहड़ा ज्ञान है जिहड़ा सानू ते साडे समाज नूं इस कदर ध्यान देण वाला होवे कि कल्ला मेरा ही नहीं सरबत दा भला मेरी रिस्पोंसिबिलिटी है, जिम्मेवारी है, इत्थे हर एक ने आउणा है, इत्थे ऊचे ने आउणा, नीवे ने आउणा, अमीर ने आउणा, गरीब ने आउणा, सब लई इक्को जिहा दिल दरिया इस तरह नाल होवे। पर एक गल जरूर है, बुरे दी बुराई दा एहसास करवाउण वाला होवे, पाप दे पापी दी पाप दी प्रवृत्ति दे अंदर ध्यान दिवाउण वाला होवे, क्योंकि एहसास उहदे अंदर भी हुंदा, ऐसा नहीं कि नहीं हुंदा, पर उहदे अंदर जिहड़ी चिणक देनी है जिहनूं असीं काउंसलिंग करनी कहिंदे आ। स्कैटरिस्ट बन जाणा कोई दिक्कत नहीं, पर काउंसलिंग करनी बहुत औखी है। किधरे एक वो पागल साडे च इत्थे आ जाए ना, हुण सारिआं नूं बाणी पा देगा। अमेजन करो कि जिहड़े पागलां नूं पिंगलवाड़े दे विच संभालदे ने किड्डी वड्डी उहनां दी काउंसलिंग होएगी। नशेड़ियां नूं नशेड़ी नशेड़ी कह के समाज चों दुरकारदिआं दुरकारदिआं अज किस कदर हो गए आ, अपने नौजवान भरावां वल उंगलां खड़ियां करनी शुरू कर लईआं ने। किते उहनां दे नाल बैठ के गल करके वेखो, उहनां दे अंदरले अहसास नूं जगा के वेखो क्यों नहीं सुधरदे। तां अज सानूं मैं समझना कि एक त्यागी महापुरख दी याद विच जुड़े हो, उहनां दे सुच्चे मोती
ਸਾਡੀ ਜ਼ਿੰਦਗੀ ਦੇ ਅੰਦਰ ਸ਼ਬਦ ਗੁਰੂ ਸੁਰਤ ਧੁਨ ਚੇਲਾ। ਗਿਆਨੀ ਇੰਦਰਜੀਤ ਸਿੰਘ ਜੀ ਨੇ ਬਚਨ ਕਰਦਾ ਹੋਇਆ ਤੁਹਾਨੂੰ ਜਦੋਂ ਸੁਰਤ ਦੀ ਗੱਲ ਕਹੀ ਕਿ ਜੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ ਦੇਹ ਨਹੀਂ ਤੇ ਫਿਰ ਸਿੱਖ ਵੀ ਸੁਰਤ ਵਾਲਾ ਦੇਹ ਨਹੀਂ ਦੇਹ ਵਾਲਾ ਹੈ। ਇਹ ਵੀ ਪ੍ਰਗਟ ਗੁਰਾਂ ਕੀ ਦੇਹ ਵਾਲਾ ਹੈ ਔਰ ਇਹ ਸਿੱਖ ਵੀ ਦੇਹ ਵਾਲਾ ਹੀ ਹੋਣਾ ਚਾਹੀਦਾ ਦੇਹ ਨਹੀਂ। ਜਿੱਦਣ ਇਹ ਸਮਝ ਆ ਜਾਏਗੀ ਉਦਣ ਸੁਰਤ ਰਾਹੀਂ ਫਿਰ ਇਹੀ ਗੁਰੂ ਗ੍ਰੰਥ ਸਾਹਿਬ ਇਕੱਤਰ ਹੋ ਕੇ ਹਰ ਨਾਮੈ ਕੇ ਹੋਵੋ ਜੋੜੀ ਗੁਰਮੁਖ ਬੈਠੋ ਸਫਾ ਬਿਛਾਏ ਬੋਲਦਾ ਨਜ਼ਰ ਆਏਗਾ। ਫਿਰ ਇਹ ਬੋਲ ਕਦੇ ਅੱਖਾਂ ਦੇ ਇਸ਼ਾਰੇ ਨਾਲ ਚੱਲਦੇ ਨਜ਼ਰ ਆਉਣਗੇ, ਕਦੇ ਉਂਗਲਾਂ ਦੇ ਇਸ਼ਾਰੇ ਨਾਲ ਚੱਲਦੇ ਨਜ਼ਰ ਆਉਣਗੇ, ਕਦੇ ਜ਼ੁਬਾਨ ਤੋਂ ਬੋਲਦੇ ਨਜ਼ਰ ਆਉਣਗੇ, ਕਦੇ ਕੰਮ ਕਰਦਿਆਂ ਹੋਇਆਂ ਵੀ ਇਹ ਸ਼ਬਦ ਦੇ ਅਲਫਾਜ਼ ਦੇ ਰੂਪ ਨਜ਼ਰ ਆਉਣਗੇ। ਇਹੀ ਸਾਡੀ ਖਾਸੀਅਤ ਸੀ, ਇਸੇ ਕਰਕੇ ਅਸੀਂ ਜਿੱਥੇ ਵੀ ਜਾਂਦੇ ਸਾਂ ਅੱਜ ਵੀ ਉਸ ਹੁਨਰ ਦੇ ਨਾਲ ਨਵਾਜੇ ਹੋਏ ਹਾਂ। ਕਿਹਾ ਜਾਂਦਾ ਆਲੂ ਤੇ ਪੰਜਾਬੀ ਜਿੱਥੇ ਮਰਜ਼ੀ ਲੈ ਲਓ, ਔਰ ਜਿੱਥੇ ਕਿਧਰੇ ਡਿਜ਼ਾਸਟਰਸ ਆਉਂਦੇ ਨੇ, ਵੱਡੀਆਂ ਵੱਡੀਆਂ ਮੁਸੀਬਤਾਂ ਆਉਂਦੀਆਂ ਨੇ, ਸਭ ਤੋਂ ਅੱਗੇ ਵੱਧ ਕੇ ਜੇ ਕੋਈ ਆਪਣਾ ਦੁੱਖ ਵੰਡਾਉਣ ਲਈ ਕੰਟਰੀਬਿਊਟ ਕਰਦਾ ਹੈ ਤਾਂ ਉਹ ਤੁਹਾਡਾ ਭਾਈਚਾਰਾ ਕਰਦਾ ਹੈ। ਮਾਣ ਕਰੋ ਇਸ ਗੱਲ ਤੇ, ਔਰ ਇਹ ਮਾਣ ਨੂੰ ਅੰਦਰ ਸਜੋ ਕੇ ਮੈਂ ਸਮਝਣਾ, ਕਿਉਂਕਿ ਆਪਣੇ ਪਰਮ ਪਿਆਰੇ ਸਤਿਕਾਰਯੋਗ ਗਿਆਨੀ ਵੀਰ ਸਿੰਘ ਜੀ ਦੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਸਿੱਖਣ ਦਾ ਦਾਸ ਨੂੰ ਵੀ ਮੌਕਾ ਮਿਲਦਾ ਰਿਹਾ। ਉਹਦੇ ਵਿੱਚੋਂ ਉਸ ਸ਼ਬਦ ਦੇ ਮੋਤੀ ਨੂੰ ਆਪਣੀ ਸੁਰਤ ਅੰਦਰ ਸਮੋ ਕੇ ਕਿ ਅਸੀਂ ਦੇਹ ਵਾਲੇ ਤੇ ਹਾਂ ਦੇਹ ਨਹੀਂ ਹਾਂ, ਜਿੰਨਾ ਕੁ ਚੰਗਾ ਕਰ ਸਕਦੇ ਹਾਂ ਇਸ ਸਥਾਨ ਦੇ ਲਈ। ਮੈਂ ਸਮਝਦਾ ਤੁਸੀਂ ਸਾਰੇ ਗਿਆਨੀ ਵੀਰ ਸਿੰਘ ਹੋਵੋਗੇ ਜੇ ਆਪਣੇ ਘਰਾਂ 'ਚ ਬੱਚਿਆਂ ਨੂੰ ਗੁਰਬਾਣੀ ਪੜ੍ਹਨ ਲਾ ਦਿਓਗੇ। ਔਰ ਇਹ ਗੁਰਬਾਣੀ ਪੜ੍ਹਨ ਲਈ ਅੱਜ ਤੁਹਾਡੇ ਕੋਲ ਇੰਟਰਨੈਸ਼ਨਲ ਸਿਸਟਮਸ ਨੇ, ਬਹੁਤ ਸਾਰੇ ਟਕਸਾਲ ਦੇ ਗੁਰਮੁਖ ਪਿਆਰਿਆਂ ਨੇ ਬਹੁਤ ਸਾਰੇ ਵੋਇਸ ਵੀਡੀਓ ਆਡੀਓਜ਼ ਪਾਈਆਂ ਹੋਈਆਂ ਨੇ। ਗਿਆਨੀ ਹਰਭਜਨ ਸਿੰਘ ਜੀ ਬੈਠੇ ਨੇ, ਇਹਨਾਂ ਨੇ ਜੋ ਗੁਰਪ੍ਰਤਾਪ ਸੂਰਜ ਦੀ ਕਥਾ ਕੀਤੀ ਉਹ ਸਾਰੀ ਕੀ ਨਹੀਂ ਮਿਲਦਾ ਅੱਜ। ਗੱਲ ਤਾਂ ਇਹ ਹੈ ਕਿ ਅਸੀਂ ਅਸੈਪਟ ਕਿਉਂ ਨਹੀਂ ਕਰਦੇ। ਬਸ ਜਦੋਂ ਇੱਥੇ ਆਵਾਂਗੇ ਮੈਨੂੰ ਲੱਗਦਾ ਗੁਰੂ ਕੀ ਅਸੀਸ ਮਿਲੇਗੀ। ਸਤਿਕਾਰਯੋਗ ਗਿਆਨੀ ਵੀਰ ਸਿੰਘ ਅੱਜ ਵੀ ਸਾਡੇ ਅੰਦਰ ਸ਼ਬਦ ਨਾਲ ਵਿਚਰਦਾ ਨਜ਼ਰ ਆਏਗਾ। ਗੁਰੂ ਕਿਰਪਾ ਕਰੇ ਇਹ ਪਿਆਰ ਇਸੇ ਤਰ੍ਹਾਂ ਬਣਿਆ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।